ਅੱਜ ਜੋ ਪੰਜਾਬ ਸਿਆਸੀ ਮਾਹੌਲ ਹੈ, ਹੁਣ ਪੰਜਾਬ ਦੀ ਸਿਆਸੀ ਪਾਰਟੀਆਂ ਹੁਣ ਦੋ ਹਿੱਸਿਆਂ 'ਚ ਵੰਡੀ ਗਈਆਂ। ਇੱਕ ਸਾਈਡ 'ਚ ਹੋ ਗਏ ਸ਼੍ਰੋਮਣੀ ਅਕਾਲੀ ਦਲ ਅਤੇ BJP, ਜਿਹੜੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਅਤੇ ਡਿਵੈਲਪਮੈਂਟ ਏਜੰਡਾ ਲੈ ਕੇ ਚੱਲੀਆਂ, ਪੰਜਾਬ ਦੀ ਤਰੱਕੀ ਦੀ ਏਜੰਡਾ ਲੈ ਕੇ ਚੱਲੀਆਂ। ਦੂਜੇ ਪਾਸੇ ਸਾਰੀਆਂ ਉਹ ਪਾਰਟੀਆਂ ਇਕੱਠੀਆਂ ਹੋ ਗਈਆਂ ਜਿਹੜੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੀਆਂ, ਭਰਾਵਾਂ ਭਰਾਵਾਂ ਵਿੱਚ ਲੜਾਈ ਪਾਉਣਾ ਚਾਹੁੰਦੀਆਂ, ਪੰਜਾਬ ਦੀ ਜਿਹੜੀ ਸੂਬੇ ਦੀ ਹਾਲਾਤ ਜਿਹੜੀ ਅਸੀਂ ਸੁਧਾਰੀ ਸੀ ਉਹਨੂੰ ਖਰਾਬ ਕਰਨਾ ਚਾਹੁੰਦੀਆਂ, ਅਤੇ ਡਿਵੈਲਪਮੈਂਟ ਨਾਂ ਦੀ ਕੋਈ ਗੱਲ ਕਰਨਾ ਨਹੀਂ ਚਾਹੁੰਦੀਆਂ। ਸੋ ਅੱਜ ਪੰਜਾਬ ਦੀ ਜਨਤਾ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਆਪਾਂ ਨੂੰ ਪਛਾਣਨ ਦੀ ਲੋੜ ਹੈ ਕਿਹੜੀਆਂ ਤਾਕਤਾਂ ਪੰਜਾਬ ਨੂੰ ਅੱਗੇ ਲੈ ਕੇ ਜਾਣੀਆਂ ਚਾਹੁੰਦੀਆਂ, ਪੰਜਾਬ ਦੀ ਅਮਨ ਸ਼ਾਂਤੀ ਅਤੇ ਤਰੱਕੀ ਚਾਹੁੰਦੀਆਂ ਅਤੇ ਕਿਹੜੀਆਂ ਤਾਕਤਾਂ ਨਹੀਂ ਚਾਹੁੰਦੀਆਂ। ਹੁਣ ਸਪਸ਼ਟ ਹੋ ਗਿਆ, ਹੁਣ ਇਹਦੇ 'ਚ ਦੋ ਕੋਈ ਮਿਕਸ ਦਾ ਕੋਈ ਗੱਲ ਹੀ ਨਹੀਂ ਰਹੀ। ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਉਹਦੀ ਇੱਕੋ ਇੱਕ ਸੋਚ ਰਹੀ ਹੈ, 97 ਸਾਲ ਪੁਰਾਣੀ ਪਾਰਟੀ ਹੈ, ਇੱਕ ਸੋਚ ਰਹੀ ਹੈ ਪੰਜਾਬ ਦੀ ਤਰੱਕੀ, ਪੰਥ ਦੀ ਚੜ੍ਹਦੀ ਕਲਾ, ਪੰਜਾਬ ਵਿੱਚ ਭਾਈਚਾਰਕ ਸਾਂਝ। ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਰਹੇ ਆ, 5 ਵਾਰ ਮੁੱਖ ਮੰਤਰੀ ਰਹੇ ਆ, ਉਹਨਾਂ ਦੇ ਇੱਕੋ ਹੀ ਮਿਸ਼ਨ ਸੀ ਕਿ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਏ, ਸਾਰੇ ਧਰਮਾਂ ਦੇ ਲੋਕ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਏ ਅਤੇ ਪੰਜਾਬ ਤਰੱਕੀ 'ਚ ਹੋਏ। ਤੁਸੀਂ ਦੇਖਿਆ ਹੋਣਾ ਜਿੰਨੀ ਵੀ ਤਰੱਕੀ ਹੋਈ ਹੈ, ਜੋ ਵੀ ਚੀਜ਼ਾਂ ਬਣੀਆਂ ਉਦੋਂ ਹੀ ਬਣੀਆਂ ਜਦੋਂ ਸਾਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਭਾਵੇਂ ਪੰਜਾਬ ਨੂੰ ਪਾਵਰ ਸਰਪਲਸ ਕਰਨਾ, ਭਾਵੇਂ ਸੜਕਾਂ ਦੀ ਇੰਟਰਨੈਸ਼ਨਲ ਲੈਵਲ ਦੀਆਂ ਬਣਾਉਣੀਆਂ, ਭਾਵੇਂ ਏਅਰਪੋਰਟ ਬਣਾਉਣੇ, ਭਾਵੇਂ ਡੈਮ ਬਣਾਉਣੇ, ਭਾਵੇਂ ਨਹਿਰਾਂ ਕੱਢਣੀਆਂ, ਭਾਵੇਂ ਗਰੀਬਾਂ ਨੂੰ ਸਹੂਲਤਾਂ ਦੇਣੀਆਂ, ਗੁਰੂ ਘਰ ਦੀ ਸੇਵਾ ਅਤੇ ਸਿੱਖ ਪੰਥ ਦਾ ਇਤਿਹਾਸ ਨੂੰ ਇਕੱਠੇ ਕਰਕੇ ਖੂਬਸੂਰਤ ਬਣਾਉਣਾ। ਹੁਣ ਸਿੱਖ ਪੰਥ ਦਾ ਜਿਹੜਾ ਇਤਿਹਾਸ ਹੈ ਬਹੁਤ ਕੁਰਬਾਨੀ ਵਾਲਾ ਇਤਿਹਾਸ ਹੈ। ਤੁਸੀਂ ਦੇਖਿਆ ਹੋਣਾ ਬਾਦਲ ਸਾਹਿਬ ਨੇ ਵਿਰਾਸਤ ਏ ਖਾਲਸਾ ਬਣਾ ਕੇ, ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਬਣਾ ਕੇ, ਛੋਟਾ ਘੱਲੂਘਰ ਵੱਡੇ ਘੱਲੂਘਰ ਯਾਦਗਾਰ ਬਣਾ ਕੇ, ਤੁਸੀਂ ਯਾਦ ਦਰਬਾਰ ਸਾਹਿਬ ਦੇ ਚਾਰੋਂ ਤਰਫ ਦੇਖੋ ਪਲਾਜ਼ਾ ਬਣਾ ਕੇ, ਹੈਰੀਟੇਜ ਵਾਕ ਬਣਾ ਕੇ, ਅਸੀਂ ਕੋਸ਼ਿਸ਼ ਕੀਤੀ ਕਿ ਸਾਰੀ ਸਿੱਖ ਪੰਥ ਦੀ ਜਿਹੜੀ ਵਿਰਸਾ ਹੈ ਉਹਨੂੰ ਇੰਨੀ ਖੂਬਸੂਰਤ ਤਰੀਕੇ ਨਾਲ ਸੰਭਾਲਿਆ ਜਾਏ ਕਿ ਪੀੜ੍ਹੀਆਂ ਤੋਂ ਪੀੜ੍ਹੀਆਂ ਲੋਕ ਉਹਨਾਂ ਨੂੰ ਦੇਖਣ। ਜਿੰਨੀਆਂ ਵੀ ਗੁਰੂ ਪਵਿੱਤਰ ਸਥਾਨ ਸੀ, ਸ਼ਹਿਰ ਸੀ ਜਿੱਥੇ ਆਪਣੇ ਗੁਰੂ ਸਾਹਿਬਾਨ ਦੇ ਚਰਨ ਛੋਹ ਪਏ ਹੈ, ਉਹ ਸ਼ਹਿਰਾਂ ਨੂੰ ਬਾਦਲ ਸਾਹਿਬ ਨੇ ਆਪਣੀ ਸਰਕਾਰ ਦੇ ਦੌਰਾਨ ਉਹਨਾਂ ਨੂੰ ਖੂਬਸੂਰਤ ਬਣਾਇਆ। ਭਾਵੇਂ ਤਰਨ ਤਾਰਨ ਸਾਹਿਬ ਸੀ, ਮੁਕਤਸਰ ਸਾਹਿਬ ਸੀ, ਸ਼੍ਰੀ ਮੁਕਤਸਰ ਸਾਹਿਬ ਸੀ, ਸ਼੍ਰੀ ਅਨੰਦਪੁਰ ਸਾਹਿਬ ਸੀ, ਸ਼੍ਰੀ ਜਿਹੜੇ ਤਲਵੰਡੀ ਸਾਹਿਬੋ ਸੀ। ਸੋ ਆ ਸਾਰੀਆਂ ਚੀਜ਼ਾਂ ਆ ਸੋਚ ਕਿਉਂ ਸੀ? ਕਿਉਂਕਿ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਆ ਜ਼ਿੰਮੇਵਾਰੀ ਸਾਡੀ ਬਣਦੀ ਹੈ, ਅਸੀਂ ਜ਼ਿੰਮੇਵਾਰੀ ਨਿਭਾਈ ਹੈ। ਹੁਣ ਦੂਜੇ ਪਾਸੇ ਤੁਸੀਂ ਦੇਖੋ ਉਹ ਤਾਕਤ ਹੈ, ਹੁਣ ਪੰਜਾਬ ਦੀ ਸਰਕਾਰ ਕਰ ਕੀ ਰਹੀ ਹੈ? ਸਿੱਖ ਇਤਿਹਾਸ ਨੂੰ ਵਿਗਾੜਨ ਲੱਗੀ ਹੈ, ਗੁਰੂ ਸਾਹਿਬਾਨ ਦੇ ਪ੍ਰਤੀ ਇਹੋ ਜਿਹੇ ਸ਼ਬਦ ਵਰਤੇ ਜਿਹੜੇ ਕੋਈ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਜਿਹੜੀ ਸਿਆਣੇ ਕਹਿੰਦੇ ਕਿ ਜਿਹੜੀ ਕੌਮ ਨੂੰ ਖਤਮ ਕਰਨਾ ਉਹ ਇਤਿਹਾਸ ਵਿਗਾੜ ਦਿਓ। ਹੁਣ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਗਾਂਧੀ ਪਰਿਵਾਰ ਦੇ ਹੁਕਮ 'ਤੇ ਐਡੀ ਵੱਡੀ ਹਮਲਾ ਸਿੱਖ ਪੰਥ 'ਤੇ ਕੀਤਾ ਹੈ ਜਿਹੜਾ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਇਹ ਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ ਕਿ ਗੁਰੂ ਸਾਹਿਬਾਨ ਦੇ ਖਿਲਾਫ ਇਹਦੇ ਸ਼ਬਦ ਵਰਤਣੇ, ਸਿੱਖ ਇਤਿਹਾਸ ਨੂੰ ਐਜਾ ਪੇਸ਼ ਕਰਨਾ ਜਿਵੇਂ ਕੋਈ ਮੁਗਲ ਸੋਚਦੇ ਹੋਣ ਸਿੱਖਾਂ ਬਾਰੇ। ਸੋ ਇਹ ਜੀ ਸਥਿਤੀ ਵਿੱਚ ਉਹੀ ਮੈਂ ਬੇਨਤੀ ਕਰਦਾ, ਇੱਕ ਪੰਜਾਬ ਨੂੰ ਅੱਗੇ ਲਿਜਾਉਣ ਵਾਲੀ ਗਰੁੱਪ ਹੈ, ਇੱਕ ਪੰਜਾਬ ਨੂੰ ਲੜਾਉਣ ਵਾਲਾ ਅਤੇ ਪਿੱਛੇ ਸਿੱਟਣ ਵਾਲਾ। ਪੰਜਾਬ ਦੀ ਜਨਤਾ ਨੂੰ ਅਪੀਲ ਕਰਦਾ ਆਪ ਦੇਖ ਲੈਣ ਕਿਹੜਾ ਪੰਜਾਬ ਨੂੰ ਅੱਗੇ ਲੈ ਜਾ ਸਕਦਾ। ਸਿਲੇਬਸ ਕਮੇਟੀ ਦੇ ਚੇਅਰਮੈਨ ਨੇ ਵੀ ਕਹਿ ਦਿੱਤਾ, ਸਿਲੇਬਸ ਕਮੇਟੀ ਦੇ ਚੇਅਰਮੈਨ ਨੇ ਕਿ ਡਾਕਟਰ ਕਿਰਪਾਲ ਸਿੰਘ ਨੇ ਕਿ ਐਜੂਕੇਸ਼ਨ ਮਿਨਿਸਟਰ ਸੋਨੀ ਨੇ ਧੱਕੇ ਨਾਲ ਸਾਥੋਂ ਪਬਲਿਸ਼ ਕਰਾਇਆ। ਮੈਂ ਉਹ ਚੇਅਰਮੈਨ ਨੇ ਕਿਹਾ ਕਿ ਮੈਂ ਉਹਨੂੰ ਗਲਤੀਆਂ ਲਿਖ ਕੇ ਭੇਜੀਆਂ, ਪਰ ਸੋਨੀ ਨੇ ਨਹੀਂ ਬਗੈਰ ਗਲਤੀਆਂ ਚੈੱਕ ਕੀਤੇ ਸਾਰੀਆਂ ਭੇਜ ਦਿੱਤੀਆਂ। ਇਹ ਤੋਂ ਵੱਧ ਸਬੂਤ ਦੀ ਕੀ ਲੋੜ ਹੈ? ਹਲੇ ਵੀ ਮੁੱਖ ਮੰਤਰੀ ਚੁੱਪ ਹੈ, ਮੁੱਖ ਮੰਤਰੀ ਮਾਫ਼ੀ ਨਹੀਂ ਮੰਗਦੇ, ਆਪਣੇ ਦੋਸ਼ਾਂ ਨੂੰ ਸਜ਼ਾ ਨਹੀਂ ਦਿੰਦੇ। ਇਹਦਾ ਮਤਲਬ ਇਹ ਸਪਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ
ਦਾ ਸੋਚ ਕੀ ਹੈ? ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਹੈ, ਉਹੀ ਪਾਰਟੀ ਹੈ ਜਿਹਨੇ ਟੈਂਕਾਂ ਤੋਪਾਂ ਨਾਲ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ। ਇਹ ਤੋਂ ਵੱਡੀ ਬੇਅਦਬੀ ਕਿਤੇ ਹੋ ਸਕਦੀ ਹੈ ਜਿਹਨੇ ਟੈਂਕਾਂ ਤੋਪਾਂ ਨਾਲ ਗਾਂਧੀ ਪਰਿਵਾਰ ਦੇ ਹੁਕਮ 'ਤੇ ਹਮਲਾ ਹੋਇਆ ਹੋਵੇ? ਇਹ ਤੋਂ ਵੱਡੀ ਬੇਅਦਬੀ ਹੋ ਸਕਦੀ ਹੈ ਹਜ਼ਾਰਾਂ ਗੁਰੂ ਮਹਾਰਾਜ ਦੇ ਸਰੂਪਾਂ ਦੇ ਨੇ ਉੱਤੇ ਗੋਲੀਆਂ ਚਲਾਈਆਂ ਗਈਆਂ? ਇਹ ਤੋਂ ਵੱਡੀ ਬੇਅਦਬੀ ਨਹੀਂ ਹੋ ਸਕਦੀ। ਇਹ ਤੋਂ ਵੱਡੀ ਬੇਅਦਬੀ ਨਹੀਂ ਹੋ ਸਕਦੀ ਜੇ ਗੁਰੂ ਸਾਹਿਬਾਨ ਦੇ ਖਿਲਾਫ਼ ਕਾਂਗਰਸ ਸਰਕਾਰ ਇਹ ਜਿਹੀ ਕਿਤਾਬਾਂ ਛਾਪੇ ਜਿੱਥੇ ਗੁਰੂ ਸਾਹਿਬਾਨ ਦੇ ਖਿਲਾਫ਼ ਇਹ ਜਿਹੇ ਸ਼ਬਦ ਵਰਤੇ ਜਾਣ। ਇਹ ਤੋਂ ਵੱਧ ਵੱਡੀ ਬੇਅਦਬੀ ਨਹੀਂ ਹੋ ਸਕਦੀ। ਮੈਨੂੰ ਦੁੱਖ ਹੈ ਕਿ ਕਈ ਤਾਕਤਾਂ ਜਿਹੜੇ ਆਪਣੇ ਆਪ ਨੂੰ ਪੰਥੀ ਤਾਕਤਾਂ ਕਹਿੰਦੇ ਉਹ ਬਿਲਕੁਲ ਚੁੱਪ ਹੈ ਇਸ ਮੁੱਦੇ 'ਤੇ। ਉਹ ਅਸੀਂ ਬਹਿ ਕੇ ਫੈਸਲਾ ਕਰਾਂਗੇ। ਕੱਲ੍ਹ ਇੱਕ ਵੀਡੀਓ ਵਾਇਰਲ ਹੋਈ ਹੈ ਸੋਨੀ ਸਾਹਿਬ ਦੀ ਐਜੂਕੇਸ਼ਨ ਮਿਨਿਸਟਰੀ ਜਿਹਨੇ ਚੇਅਰਮੈਨ ਨੂੰ ਬਹੁਤ ਮਾੜੀ ਸ਼ਬਦਾਵਲੀ ਵਰਤ ਰਹੀ ਹੈ, ਉਹ ਚੇਅਰਮੈਨ ਬੋਰਡ ਉਹੀ ਕਹਿੰਦਾ ਚੇਅਰਮੈਨ ਨੇ ਜੋ ਸੱਚ ਦੱਸਤਾ, ਜੋ ਚੇਅਰਮੈਨ ਨੇ ਕਹਿ ਦਿੱਤਾ ਕਿ ਸੋਨੀ ਸਾਹਿਬ ਨੇ ਮੈਂ ਤਾਂ ਗਲਤੀਆਂ ਲਿਖ ਕੇ ਭੇਜੀਆਂ ਮੇਰੇ ਕੋਲ ਪਈਆਂ ਅਤੇ ਚੇਅਰਮੈਨ ਨੇ ਛਪਾ ਦੀਆਂ, ਆਪਣੇ ਸੋਨੀ ਨੇ ਛਪਾ ਦੀਆਂ। ਸੋ ਇਹ ਤੋਂ ਵੱਧ ਪਰੂਫ ਦੀ ਕੀ ਲੋੜ ਹੈ? ਹਾਂਜੀ, ਪੈਟਰੋਲ ਡੀਜ਼ਲ ਦੇ ਰੇਟ ਘਟਣੇ ਸ਼ੁਰੂ ਹੋ ਗਏ, ਪਰ ਪੰਜਾਬ ਸਰਕਾਰ ਨੇ 7 ਪੈਸੇ ਵਾਧਾ ਕਰਤਾ ਜੀ ਬੱਸਾਂ ਦੇ ਕਿਰਾਏ। ਗੱਲ ਹੈ ਕਿ ਪੰਜਾਬ ਸਰਕਾਰ ਹਿੰਦੁਸਤਾਨ ਵਿੱਚ ਸਭ ਤੋਂ ਵੱਧ ਟੈਕਸ ਪੈਟਰੋਲ ਅਤੇ ਡੀਜ਼ਲ 'ਤੇ ਪੰਜਾਬ ਸਰਕਾਰ ਲਾ ਰਹੀ ਹੈ। 35% ਪੈਟਰੋਲ 'ਤੇ ਟੈਕਸ ਪੰਜਾਬ ਸਰਕਾਰ ਲਾ ਰਹੀ ਹੈ, 35%। ਜਿਹੜਾ ਪੈਟਰੋਲ ਅਤੇ ਡੀਜ਼ਲ ਹੈ ਇਹਦੇ 'ਚ ਕੁਛ ਟੈਕਸ ਪੰਜਾਬ ਗਵਰਨਮੈਂਟ ਲਾਉਂਦੀ ਹੈ, ਕੁਛ ਟੈਕਸ ਦਿੱਲੀ ਸਰਕਾਰ ਲਾਉਂਦੀ ਹੈ। ਜੇ ਸੈਂਟਰ ਦੀ ਸਰਕਾਰ ਦਾ ਟੈਕਸ ਤਾਂ 18 ਰੁਪਈਏ ਹੈ, ਅਤੇ ਜਿਹੜਾ ਪੰਜਾਬ ਸਰਕਾਰ ਦਾ 35% ਹੈ ਉਹ ਸਾਰੇ 'ਤੇ, ਉਹ ਮੰਨ ਲੈਂਦਾ 25-30 ਰੁਪਈਏ ਬਣ ਜਾਂਦਾ, 30-40 ਰੁਪਈਏ ਬਣ ਜਾਂਦਾ। ਸੈਂਟਰ ਨੇ ਤਾਂ ਚਲੋ ਘਟਾ ਵੀ ਦਿੱਤਾ, ਪਰ ਪੰਜਾਬ ਸਰਕਾਰ ਨੇ, ਬਾਕੀ ਸਟੇਟਾਂ ਦੇ ਮੁੱਖ ਮੰਤਰੀ ਨੇ ਵੀ ਘਟਾਤਾ, ਪਰ ਪੰਜਾਬ ਸਰਕਾਰ ਨੇ ਨਹੀਂ ਘਟਾਇਆ। ਉਹਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਪਰਵਾਹ ਹੀ ਨਹੀਂ ਹੈ। ਅੱਜ ਕਿਸਾਨ ਪੰਜਾਬ ਦਾ ਰੋਲ ਰਿਹਾ, ਮੰਡੀਆਂ 'ਚ ਰੋਲ ਰਿਹਾ, ਕੈਪਟਨ ਨੂੰ ਕੋਈ ਪਰਵਾਹ ਨਹੀਂ। ਪੂਰੀ ਰਾਤਾਂ 15-15 ਰਾਤਾਂ ਹੋ ਗਈਆਂ, ਲੋਕ ਕਿਸਾਨ ਉੱਥੇ ਮੰਡੀਆਂ 'ਚ ਰਾਤ ਨੂੰ ਸੌਂਦੇ ਹੈ, ਮੁੱਖ ਮੰਤਰੀ ਨੂੰ ਕੋਈ ਪਰਵਾਹ ਨਹੀਂ ਹੈ। ਆਹ ਜਿਹੜਾ ਅੱਜ ਹਾਲਾਤ ਕਿਸਾਨਾਂ ਦੀ ਬਣੀ ਹੈ, ਮੁੱਖ ਮੰਤਰੀ ਕਾਰਨ ਹੈ। ਜਿਹੜੇ 10 ਦਿਨ ਕੈਪਟਨ ਅਮਰਿੰਦਰ ਸਿੰਘ ਨੇ ਝੋਨਾ ਲੇਟ ਬੀਜਣ ਦੀ ਹੁਕਮ ਦਿੱਤੇ, ਜਿਹੜਾ ਪਹਿਲੇ ਬੀਜਦਾ ਸੀ ਉਹਦੇ ਪਰਚੇ ਦਿੱਤੇ, ਅੱਜ ਉਹ 10 ਦਿਨ ਕਿਉਂ ਉਹਨੇ ਲੇਟ ਕੀਤੇ? ਕਿਉਂਕਿ ਉਹ ਬਿਜਲੀ ਵੇਚਣਾ ਚਾਹੁੰਦਾ ਸੀ, ਮੁਨਾਫਾ ਕਮਾਉਣਾ ਚਾਹੁੰਦਾ। ਜਿਹੜੀ ਬਿਜਲੀ ਅਸੀਂ ਸਰਪਲਸ ਕੀਤੀ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਉਹਨੂੰ ਵੇਚ ਕੇ, ਹੁਣ ਪਤਾ ਸੀ ਕਿਸਾਨਾਂ ਨੂੰ ਤਾਂ ਮੁਫ਼ਤ ਨਹੀਂ ਬਣੀ ਉਹਦੇ ਲੈ, ਅੱਜ 22-21% ਮੋਇਸਚਰ ਫਸਲ 'ਚ ਆ ਗਿਆ, ਅਤੇ ਹੁਣ ਮੋਇਸਚਰ ਘਟਣਾ ਵੀ ਵਿਚਾਰੇ ਰੋਲ ਰਿਹਾ, ਕੋਈ ਖਰੀਦ ਨਹੀਂ ਰਹੀ ਸਰਕਾਰ, ਅਤੇ ਬਾਕੀ ਜੇ ਸ਼ੈਲਰ ਵਾਲੇ ਆ ਤਾਂ ਦੂਜੀ ਏਜੰਸੀ ਹੈ, ਹੁਣ ਬਲੈਕਮੇਲ ਕਰਨ ਲੱਗ ਗਏ, 100-100 ਰੁਪਈਆ ਕੁਇੰਟਲ ਉਹ ਰਿਸ਼ਵਤ ਲੈ ਰਹੇ ਹੈ, 100-100 ਰੁਪਈਆ ਕੁਇੰਟਲ ਰਿਸ਼ਵਤ ਚੱਲ ਰਹੀ ਹੈ ਆਪਣਾ ਝੋਨਾ ਚੁਕਾਉਣ ਵਾਸਤੇ। ਅਤੇ ਇਕੱਲਿਆ ਨਹੀਂ, ਹੁਣ ਜਿਹੜਾ ਝੋਨਾ ਹਾਲੇ ਤੱਕ ਤਾਂ ਕਣਕ ਪੂਰੇ ਪੰਜਾਬ 'ਚ ਬੀਜੀ ਜਾਣੀ ਸੀ, ਬੀਜਣੀ ਕੀ ਸੀ, ਹਾਲੇ ਤੱਕ ਤਾਂ ਝੋਨਾ ਹੀ ਨਹੀਂ ਕੱਟਿਆ ਗਿਆ, ਅਤੇ ਕਣਕ ਮਤਲਬ 15-20 ਦਿਨ ਹੋਰ ਲੱਗਣਗੇ, ਉਹਦੇ ਕਰਕੇ ਵੀ ਮਤਲਬ 15-20% ਝਾੜ ਹੋਰ ਘੱਟ ਜਾਣਾ। ਪੰਜਾਬ ਦਾ ਇਕਨੋਮਿਕ ਸਾਈਕਲ, ਪੰਜਾਬ ਦਾ ਐਗਰੀਕਲਚਰ ਸਾਈਕਲ ਸਾਰਾ ਤਬਾਹ ਕਰ ਦਿੱਤਾ ਪੰਜਾਬ ਸਰਕਾਰ ਨੇ, ਕਿਉਂਕਿ ਆ ਸਰਕਾਰ ਹੀ ਨਹੀਂ ਹੈ, ਇਹਨੂੰ ਪਤਾ ਹੀ ਨਹੀਂ ਹੈ, ਮਿਲਦੇ ਨਹੀਂ ਹੈ ਮੁੱਖ ਮੰਤਰੀ। ਜੇ ਪੰਜਾਬ ਦੀ ਜਨਤਾ ਨੂੰ ਨਾ ਮਿਲੇ, ਅਫਸਰਾਂ ਨੂੰ ਨਾ ਮਿਲੇ, ਮੁੱਖ ਮੰਤਰੀ ਪਤਾ ਕਰੋ ਹੈ ਕਿੱਥੇ? ਮੁੱਖ ਮੰਤਰੀ ਹੈ ਨਹੀਂ, ਗਾਇਬ ਹੈ ਮੁੱਖ ਮੰਤਰੀ। ਜੋ ਜਿਹੜਾ ਮੁੱਖ ਮੰਤਰੀ ਗਾਇਬ ਹੋਏ ਜੇ ਸੂਬੇ ਦਾ, ਉਹ ਸੂਬੇ ਤਾਂ ਕੀ ਹਾਲਤ ਹੋਊਗਾ ਤੁਸੀਂ ਆਪ ਦੇਖਦੇ ਪੰਜਾਬ 'ਚ। ਬਹੁਤ ਦੁੱਖ ਦੀ ਗੱਲ ਹੈ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਜ ਰਹੇ, ਅਤੇ ਬਹੁਤ ਇੱਕ ਹੈ ਮੇਰੇ ਨਾਲ ਹੀ ਸੀ ਜਦੋਂ ਮੈਂ ਪਹਿਲੀ ਵਾਰ ਯੂਨੀਅਨ ਮਿਨਿਸਟਰ ਬਣਿਆ, ਮੇਰੇ ਨਾਲ ਕੈਬਨਿਟ ਵਾਜਪਾਈ ਦੀ ਕੈਬਨਿਟ ਸੀ, ਬਹੁਤ ਹੀ ਨੇਕ ਅਤੇ ਮਿਹਨਤੀ ਇਨਸਾਨ ਸੀ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ 1 ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97-817-71-820।